ਅਤੇ ਫਾਈਨਲੀ ਦੋਸਤੋ ਲੈ ਕੇ ਹਾਜ਼ਰ ਹਾਂ ਜਮਾਤ ਛੇਵੀਂ ਵਾਲਿਆਂ ਦੇ ਲਈ ਡਰਾਇੰਗ ਦਾ ਪੇਪਰ ਆ, ਜੋ ਕਿ ਦੋਸਤੋ ਤੁਹਾਡਾ 13 ਮਾਰਚ ਨੂੰ ਹੋਣ ਵਾਲਾ ਹੈ। ਡਰਾਇੰਗ ਦਾ ਪੇਪਰ ਲੈ ਕੇ ਹਾਜ਼ਰ ਹੋਏ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ 'ਤੇ ਵੇਖਣ ਨੂੰ ਮਿਲ ਰਿਹਾ ਹੈ ਹੋਲੀ ਸੋਲਡ ਪੇਪਰ ਹੋਣ ਵਾਲਾ ਹੈ। ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਅਤੇ ਦੋਸਤੋ ਚੈਨਲ 'ਤੇ ਨਵਾਂ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਵੀ ਜ਼ਰੂਰ ਲਾਈਕ ਜ਼ਰੂਰ ਕਰ ਦੇਣਾ ਅਤੇ ਦੋਸਤੋ ਚੈਨਲ 'ਤੇ ਨਵਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਜਿਸ ਤਰ੍ਹਾਂ ਕਿ ਦੋਸਤੋ ਤੁਸੀਂ ਵੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਡਾ ਆ ਜੂਗਾ ਭਾਗ ਊੜਾ। ਅਤੇ ਦੋਸਤੋ ਸਭ ਤੋਂ ਹਜੇ ਪਹਿਲਾਂ ਹਜੇ ਤੁਹਾਡਾ ਭਾਗ ਊੜਾ, ਜਿਸ ਦੇ ਵਿੱਚ ਦਿੱਤੇ ਹੋਏ ਜਿਵੇਂ ਕਿ ਤੁਹਾਡਾ 24 ਅੰਕਾਂ ਦਾ ਹੋਊਗਾ, ਜਿਸ ਦੇ ਵਿੱਚ ਪਹਿਲਾ ਕੁਐਸਚਨ ਆਜੂਗਾ ਦਿੱਤੇ ਹੋਏ ਕੋਣ ਏ ਬੀ ਸੀ ਦੇ ਬਰਾਬਰ ਕੋਣ ਬਣਾਓ। ਜਿਵੇਂ ਕਿ ਦੋਸਤੋ ਤੁਹਾਡੀ ਰਚਨਾ ਆਜੂਗੀ, ਕੋਈ ਰੇਖਾ ਏ ਬੀ ਲਓ, ਬੀ ਸੀ ਤੋਂ ਕਈ ਦੂਰੀ 'ਤੇ ਚਾਪ ਲਾਓ, ਏ ਡੀ ਲਓ, 19 ਹੀ ਦੂਰੀ 'ਤੇ ਚਾਪ ਦਿੱਤੇ ਹੋਏ ਏ ਬੀ ਸੀ ਅਤੇ ਬੀ ਸੀ, ਬੀ ਬਿੰਦੂ ਤੋਂ ਲਓ, ਦਿੱਤੀ ਚਾਪ ਏ ਡੀ ਨੂੰ ਨਾਪ ਕੇ ਬਰਾਬਰ ਚਾਪ ਈ ਡੀ ਕੱਟੋ ਅਤੇ ਬੀ ਡੀ ਨੂੰ ਮਿਲਾਓ, ਇਹ ਏ ਬੀ ਸੀ ਲੋੜੀਂਦੀ ਕੋਣ ਹੈ। ਇਸ ਤਰ੍ਹਾਂ ਤੁਸੀਂ ਕਰਨਾ ਦੋਸਤੋ, ਜਿਵੇਂ ਕਿ ਇਹ ਡਾਇਗਰਾਮ ਦਿੱਤਾ ਗਿਆ ਹੈ ਇਹ ਬਿਲਕੁਲ ਇਸੇ ਤਰ੍ਹਾਂ ਬਣਾਉਣਾ ਦੋਸਤੋ, ਅਤੇ ਇਹ ਹੋ ਜੂਗਾ ਤੁਹਾਡਾ ਡਾਇਗਰਾਮ। ਅਤੇ ਇਸ ਤਰ੍ਹਾਂ ਤੁਸੀਂ ਲਿਖ ਜਿਹੜਾ ਕੋਣ ਨੇ ਜੇ ਕਿ ਇਸ ਤਰ੍ਹਾਂ ਤੁਸੀਂ ਬਣਾ ਸਕਦੇ ਹੋ, ਅਤੇ ਇਸ ਤਰ੍ਹਾਂ ਤੁਸੀਂ ਕੋਣ ਲਗਾ ਕੇ ਸਭ ਤੋਂ ਪਹਿਲਾਂ ਅਤੇ ਇਸ ਤਰ੍ਹਾਂ ਚਾਪ ਲਗਾ ਕੇ ਅਤੇ ਉੱਪਰ ਲਗਾ ਕੇ ਚਾਪ ਤੁਸੀਂ ਆਪਣਾ ਜਿਹੜਾ ਕੋਣ ਆ ਬਣਾ ਸਕਦੇ ਹੋ। ਇਸ ਤਰ੍ਹਾਂ ਦੋਸਤੋ ਤੁਹਾਡਾ ਹੋ ਜੂਗਾ ਕੋਣ। ਕੋਣ ਆ ਜਿਹੜਾ ਦੋਸਤੋ ਤੁਸੀਂ ਇਸੇ ਤਰ੍ਹਾਂ ਹੀ ਪ੍ਰੋਪਰ ਬਣਾਉਣਾ ਹੈ ਜਿਵੇਂ ਕਿ ਦਿੱਤਾ ਗਿਆ ਹੈ। ਇਹ ਕੋਣ ਦੋਸਤੋ ਇਸੇ ਤਰ੍ਹਾਂ ਹੀ ਬਣਾ ਕੇ ਲਿਖ ਬਣਾ ਸਕਦੇ ਹੋ ਜਿਵੇਂ ਰਚਨਾ ਤੁਹਾਡੀ ਦਿੱਤੀ ਗਈ ਹੈ। ਅਤੇ ਅਗਲਾ ਕੁਐਸਚਨ ਆ ਜੋ ਪ੍ਰਸ਼ਨ ਨੰਬਰ 2, ਦਿੱਤੀ ਹੋਈ ਰੇਖਾ ਏ ਬੀ ਨੂੰ 5 ਸਮਾਨ ਭਾਗਾਂ ਵਿੱਚ ਵੰਡੋ, ਰਚਨਾ ਤੁਹਾਡੀ ਹੈ ਜੀ ਦੋਸਤੋ। ਦਿੱਤੀ ਹੋਈ ਰੇਖਾ ਏ ਬੀ ਲਓ, ਏ ਬੀ ਰੇਖਾ ਬਿੰਦੂ ਏ 'ਤੇ ਕੋਈ ਨਿਊਨ ਕੋਣ ਬੀ ਏ ਐੱਮ ਬਣਾਓ। ਰੇਖਾ ਜਿਹੜੀ ਏ ਐੱਮ ਕੋਈ 5 ਨਿਸ਼ਾਨ ਸਮਾਨ ਦੂਰੀ 'ਤੇ ਲਗਾਉਣੇ ਹਨ ਅਤੇ 5ਵੇਂ ਭਾਗ ਨੂੰ ਬੀ ਨਾਲ ਮਿਲਾਉਣਾ ਹੈ। ਰੇਖਾ ਐੱਸ ਬੀ ਦੇ ਸਮਾਨਾਂਤਰ ਰੇਖਾਵਾਂ 1, 2, 3, 4 ਤੋਂ ਖਿੱਚ ਕੇ ਜੋ ਏ ਬੀ ਬਿੰਦੂ ਸੀ ਡੀ ਈ ਐੱਫ ਅਤੇ ਬੀ ਦੇ 5 ਸਮਾਨ ਭਾਗਾਂ ਵਿੱਚ ਵੰਡੀ ਗਈ ਹੈ। ਦੋਸਤੋ ਇਸ ਤਰ੍ਹਾਂ ਤੁਸੀਂ ਜਿਵੇਂ ਕਿ ਡਾਇਗਰਾਮ ਦਿੱਤੀ ਗਈ ਹੈ ਇਸ ਤਰ੍ਹਾਂ ਤੁਸੀਂ ਪਹਿਲਾਂ ਲਾਈਨਾਂ ਲਗਾਉਣੀਆਂ ਹਨ ਅਤੇ ਇਸ ਤਰ੍ਹਾਂ ਤੁਸੀਂ ਜਿਹੜੀ ਡਾਇਗਰਾਮ ਜਿਹੜੀ ਜਿਸ ਤਰ੍ਹਾਂ ਦੀ ਰਚਨਾ ਦਿੱਤੀ ਗਈ ਹੈ ਉਹ ਇਸ ਤਰ੍ਹਾਂ ਕਰ ਸਕਦੇ ਹੋ। ਇਸ ਤਰ੍ਹਾਂ ਦੋਸਤੋ ਤੁਹਾਡੀ ਇਹ ਜਿਹੜਾ ਡਾਇਗਰਾਮ ਆ ਪ੍ਰਸ਼ਨ ਨੰਬਰ 2 ਜਿਸ ਦੇ ਵਿੱਚ ਦਿੱਤੀ ਹੋਈ ਰੇਖਾ ਏ ਬੀ ਨੂੰ 5 ਸਮਾਨ ਭਾਗਾਂ ਵਿੱਚ ਵੰਡਿਆ ਗਿਆ ਹੈ। ਇਸ ਤਰ੍ਹਾਂ ਤੁਹਾਡੀ ਪੂਰੀ ਜਿਹੜੀ ਇਹ ਡਾਇਗਰਾਮ ਹੋ ਜਾਵੇਗੀ ਅਤੇ ਉੱਪਰ ਵਾਲੀ ਇਸ ਤਰ੍ਹਾਂ ਤੁਸੀਂ ਲਾਈਨ ਲਗਾ ਕੇ ਫਿਰ ਇਸ ਤਰ੍ਹਾਂ ਤੁਸੀਂ ਇਹ ਲਾਈਨ ਲਗਾ ਸਕਦੇ ਹੋ, ਡੋਟਡ ਲਗਾ ਸਕਦੇ ਹੋ ਅਤੇ ਇਸ ਤਰ੍ਹਾਂ ਤੁਹਾਡਾ ਪੂਰਾ ਹੋ ਜੂਗਾ। ਅਤੇ ਅੱਗੇ ਆਈਓ ਪ੍ਰਸ਼ਨ ਨੰਬਰ 3, ਰੇਖਾ ਸੀ ਡੀ ਨੂੰ 5 ਸਮਾਨ ਭਾਗਾਂ ਵਿੱਚ ਵੰਡੋ ਦੂਜੀ ਵਿਧੀ ਦੁਆਰਾ। ਕੋਈ ਰੇਖਾ ਸੀ ਡੀ ਲਓ, ਸੀ ਡੀ ਰੇਖਾ 'ਤੇ ਕੋਈ ਨਿਊਨ ਕੋਣ ਡੀ ਸੀ ਬਣਾਓ, ਬਿੰਦੂ ਡੀ 'ਤੇ ਰੇਖਾ ਡੀ ਐੱਫ ਰੇਖਾ ਸੀ ਈ ਦੇ ਸਮਾਂਤਰ ਖਿੱਚੋ, ਰੇਖਾ ਸੀ ਈ ਜੋ ਕਿ ਅਤੇ ਡੀ ਐੱਫ ਦੇ ਸਮਾਨ ਦੂਰੀ 'ਤੇ 5 5 ਨਿਸ਼ਾਨ ਲਗਾਓ ਜੋ ਕਿ ਇਹ ਹੋ ਜਾਣਗੇ ਦੋਸਤੋ, ਅਤੇ 5 ਨੂੰ 0 ਨਾਲ ਮਿਲਾਓ। ਇਸ ਤਰ੍ਹਾਂ ਇਸ ਇੰਜ ਐੱਮ ਐੱਨ ਓ ਅਤੇ ਪੀ ਡੀ ਦੇ ਰੇਖਾ ਸੀ ਡੀ ਸਮਾਨ ਭਾਗਾਂ ਵਿੱਚ ਵੰਡੀ ਗਈ ਹੈ। ਦੋਸਤੋ ਇਸੇ ਜਿਵੇਂ ਕਿ ਉੱਪਰ ਵਾਲਾ ਕੀਤਾ ਸੀ ਪਹਿਲਾਂ ਤਾਂ ਤੁਸੀਂ ਉਸੇ ਤਰ੍ਹਾਂ ਹੀ ਕਰ ਲੈਣਾ ਹੈ ਅਤੇ ਨੀਚੇ ਦੇ ਵਿੱਚ ਵੀ ਉਸੇ ਤਰ੍ਹਾਂ ਕਰ ਲੈਣਾ ਜਿਵੇਂ ਕਿ ਰਚਨਾ ਦਿੱਤੀ ਗਈ ਹੈ। ਇਸ ਤਰ੍ਹਾਂ ਤੁਹਾਡੀ ਲਾਈਨਾਂ ਲਗਾ ਦੇਣੀਆਂ ਡੋਟਡ ਲਾਈਨ। ਇਹ ਹੋ ਜਾਵੇ ਤੁਹਾਡਾ ਕੁਐਸਚਨ ਜੋ ਕਿ ਦੋਸਤੋ ਅੱਗੇ ਦੋਸਤੋ ਤੁਹਾਡਾ ਆ ਜਾਊਗਾ ਭਾਗ ਆੜਾ ਜੋ ਕਿ 36 ਅੰਕਾਂ ਦਾ ਹੈ। 36 ਅੰਕਾਂ ਦੇ ਵਿੱਚ ਦੋਸਤੋ ਤੁਸੀਂ ਇੱਕ ਦਰਖਤ ਬਣਾ ਕੇ ਰੰਗ ਭਰਨੇ ਹਨ। ਰੰਗ ਕਿਵੇਂ ਭਰਨੇ ਦੋਸਤੋ ਜਿਵੇਂ ਕਿ ਤੁਹਾਨੂੰ ਦਿਖਾ ਰਹੇ ਹਾਂ ਇਸ ਤਰ੍ਹਾਂ ਤੁਸੀਂ ਇਹ ਜਿਹੜਾ ਡਾਇਗਰਾਮ ਬਣਾ ਸਕਦੇ ਹੋ। ਅਤੇ ਦੋਸਤੋ ਇਹ ਡਾਇਗਰਾਮ ਇਸੇ ਤਰ੍ਹਾਂ ਹੀ ਬਣਾਉਣਾ ਹੈ ਬਿਲਕੁਲ, ਅਤੇ ਦੋਸਤੋ ਇਸੇ ਤਰ੍ਹਾਂ ਹੀ ਬਣਾ ਕੇ ਤੁਸੀਂ ਪ੍ਰੋਪਰ ਇਸੇ ਤਰ੍ਹਾਂ ਬਣਾ ਕੇ ਅਤੇ ਰੰਗ ਭਰਨੇ ਹਨ। ਅਤੇ ਦੋਸਤੋ 36 ਨੰਬਰ ਤਾਂ ਲੱਗਣੇ ਤੁਹਾਡੇ ਜੇਕਰ ਦੋਸਤੋ ਇਸ ਤਰ੍ਹਾਂ ਦਾ ਤੁਸੀਂ ਡਾਇਗਰਾਮ ਬਣਾਓਗੇ। ਅਤੇ ਦੋਸਤੋ ਆਪਣੀ ਕਾਪੀ ਦੇ ਵਿੱਚ ਵੀ ਵੇਖ ਲੈਣਾ ਕਿਸ ਤਰ੍ਹਾਂ ਦਾ ਤੁਹਾਡਾ ਡਾਇਗਰਾਮ ਬਣਾਇਆ ਗਿਆ ਹੈ। ਇਹ ਦੋਸਤੋ ਜੇਕਰ ਤੁਸੀਂ ਥੋੜ੍ਹਾ ਗੰਦਾ ਜਿਹਾ ਬਣਾਓਗੇ ਡਾਇਗਰਾਮ ਇਹ ਤਾਂ ਤੁਹਾਡੇ ਘੱਟ ਨੰਬਰ ਵੀ ਲੱਗ ਸਕਦੇ ਹਨ।
ਅਤੇ ਦੋਸਤੋ ਘੱਟ ਨੰਬਰ ਲੱਗਣ ਦੇ ਜ਼ਿਆਦਾ ਜਿਹੜੇ ਨੰਬਰ ਲੱਗ ਜਾਣਗੇ ਤੁਹਾਡੇ ਜੇਕਰ ਤੁਸੀਂ ਇਹੋ ਜਿਹਾ ਡਾਇਗਰਾਮ ਨਹੀਂ ਬਣਾਓਗੇ। ਅਤੇ ਦੋਸਤੋ ਤੁਹਾਡੇ ਜਿੰਨੇ ਮਰਜ਼ੀ ਵੀ ਨੰਬਰ ਲੱਗ ਸਕਦੇ ਹਨ, ਤਾਂ ਕਰਕੇ ਇਸ ਤਰ੍ਹਾਂ ਦਾ ਡਾਇਗਰਾਮ ਤੁਸੀਂ ਜ਼ਰੂਰ ਬਣਾਓ। ਅਤੇ ਦੋਸਤੋ ਅੱਗੇ ਆ ਜਾਓ ਭਾਗ ਏਡੀ 24 ਅੰਕਾਂ ਦਾ। 24 ਅੰਕਾਂ ਦਾ ਇੱਕ ਕੁਐਸਚਨ ਕਰਨਾ ਹੈ, ਕੋਈ ਇੱਕ ਕਰੋ, ਜੈ ਹਿੰਦ ਲਿਖੋ, ਇੱਕ ਮੰਦਰ ਬਣਾਓ। ਅਤੇ ਦੋਸਤੋ ਕੋਈ ਵੀ ਇੱਕ ਮੰਦਰ ਬਣਾ ਸਕਦੇ ਹੋ, ਜਿਵੇਂ ਕਿ ਕੋਈ ਵੀ। ਸਭ ਤੋਂ ਪਹਿਲਾਂ ਲਿਖਣਾ ਹੈ ਜੈ ਹਿੰਦ, ਇਹੋ ਜਿਹਾ ਦੋਸਤੋ ਜੈ ਹਿੰਦ ਕਿਸ ਤਰ੍ਹਾਂ ਲਿਖਣਾ ਹੈ ਜਿਵੇਂ ਕਿ ਦਿੱਤਾ ਗਿਆ ਹੈ, ਅਤੇ ਇਹ ਦੋਸਤੋ ਬਿਲਕੁਲ ਪ੍ਰੋਪਰ ਬਣਾਉਣੇ ਹਨ। 24 ਅੰਕ ਤੁਹਾਨੂੰ ਤਾਂ ਮਿਲਣਗੇ ਜੇਕਰ ਤੁਸੀਂ ਇਹ ਜਿਹੜੇ ਲਿਖੋਗੇ। ਜੈ ਹਿੰਦ ਲਿਖਣਾ ਹੈ ਜਾਂ ਫਿਰ ਮੰਦਰ ਬਣਾਉਣਾ ਹੈ, ਕਿਸ ਤਰ੍ਹਾਂ ਬਣਾਉਣਾ ਹੈ ਦੋਸਤੋ ਤੁਸੀਂ ਵੇਖ ਸਕਦੇ ਹੋ, ਤੁਹਾਨੂੰ ਦਿਖਾਵਾਂਗੇ। ਅਤੇ ਦੋਸਤੋ ਜੋ ਕਿ ਵੇਖ ਸਕਦੇ ਹੋ ਜਿਸ ਤਰ੍ਹਾਂ ਕਿ ਤੁਸੀਂ ਤੁਹਾਨੂੰ ਦਿਖਾਉਣ ਲੱਗੇ ਹਾਂ, ਅਤੇ 24 ਨੰਬਰ ਤੁਹਾਡੇ ਇਸ ਤਾਂ ਮਿਲਣਗੇ ਜੇਕਰ ਤੁਸੀਂ ਇਸ ਤਰ੍ਹਾਂ ਦਾ ਪ੍ਰੋਪਰ ਜਿਹੜਾ ਬਣਾਓਗੇ। ਸਭ ਤੋਂ ਪਹਿਲਾਂ ਲਿਖਣਾ ਹੈ ਦੋਸਤੋ ਜੈ ਹਿੰਦ ਲਿਖੋ। ਜੈ ਹਿੰਦ ਦੋਸਤੋ ਕਿਸ ਤਰ੍ਹਾਂ ਲਿਖਣਾ ਹੈ ਇਹ ਵੇਖ ਸਕਦੇ ਹੋ ਤੁਸੀਂ। ਜੈ ਹਿੰਦ ਦੋਸਤੋ ਇਸ ਤਰ੍ਹਾਂ ਲਿਖਣਾ ਹੈ ਪ੍ਰੋਪਰ ਦੋਸਤੋ, ਇਸੇ ਤਰ੍ਹਾਂ ਹੀ ਲਿਖਣਾ ਹੈ ਜਿਸ ਤਰ੍ਹਾਂ ਦਿੱਤਾ ਗਿਆ ਹੈ। ਅਤੇ ਦੋਸਤੋ ਵੱਧ ਨੰਬਰ ਲੱਗਣ ਦੇ ਤਾਂ ਚਾਂਸ ਜਿਹੜੇ ਤੁਹਾਡੇ ਬਣ ਜਾਣਗੇ। ਪ੍ਰੋਪਰ ਤੁਸੀਂ ਬੋਲਡ ਕਰਕੇ ਦੋਸਤੋ ਇਸ ਜਿਹੜਾ ਜਿਵੇਂ ਕਿ ਅਸੀਂ ਬਣਾ ਰਹੇ ਹਾਂ, ਇਸ ਤਰ੍ਹਾਂ ਤੁਸੀਂ ਜੱਜਾ ਲਿਖਣਾ ਹੈ ਅਤੇ ਜੈ ਲਿਖ ਕੇ ਹਿੰਦ ਲਿਖ ਦੇਣਾ ਹੈ। ਪ੍ਰੋਪਰ ਦੋਸਤੋ ਵਧੀਆ ਵਧੀਆ ਅੱਖਰ ਲਿਖ ਕੇ ਤੁਸੀਂ ਜੈ ਹਿੰਦ ਲਿਖਣਾ ਹੈ, ਤਾਂ ਤੁਹਾਡੇ 24 ਨੰਬਰ ਲੱਗਣਗੇ। ਅਦਰਵਾਈਜ਼ ਤੁਹਾਡੇ ਘੱਟ ਨੰਬਰ ਵੀ ਲੱਗ ਸਕਦੇ ਹਨ। ਅਤੇ ਦੋਸਤੋ ਘੱਟ ਨੰਬਰ ਲੱਗਣ ਦੇ ਚਾਂਸ ਵੱਧ ਜਾਂਦੇ ਹਨ ਜੇਕਰ ਤੁਸੀਂ ਬਿਲਕੁਲ ਬੇਕਾਰ ਜਾਂ ਫਿਰ ਗੰਦਾ ਲਿਖਦੇ ਹੋ। ਅਤੇ ਦੋਸਤੋ 24 ਨੰਬਰ ਜੇਕਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਦਾ ਪ੍ਰੋਪਰ ਲਿਖ ਸਕਦੇ ਹੋ, ਅਤੇ ਰੰਗ ਵੀ ਕੋਈ ਵੀ ਕਰ ਸਕਦੇ ਹੋ ਜਿਵੇਂ ਕਿ ਜੈ ਹਿੰਦ ਲਿਖਿਆ ਗਿਆ ਹੈ। ਜਾਂ ਫਿਰ ਦੋਸਤੋ ਮੰਦਰ ਬਣਾਉਣਾ ਹੈ, ਤੁਸੀਂ ਮੰਦਰ ਕਿਸ ਤਰ੍ਹਾਂ ਬਣਾਉਣਾ ਹੈ ਜਿਵੇਂ ਕਿ ਦਿੱਤਾ ਗਿਆ ਹੈ। ਮੰਦਰ ਦੋਸਤੋ ਇਸ ਤਰ੍ਹਾਂ ਬਣਾ ਸਕਦੇ ਹੋ ਤੁਸੀਂ, ਇਹ ਦਿੱਤਾ ਗਿਆ ਹੈ ਜਿਸ ਤਰ੍ਹਾਂ ਕਿ ਇਹ ਪ੍ਰੋਪਰ ਦੋਸਤੋ ਇਸ ਤਰ੍ਹਾਂ ਬਣਾਉਣਾ ਹੈ ਜਿਵੇਂ ਕਿ ਇਹ ਡਾਇਗਰਾਮ ਜਿਹੜਾ, ਝੰਡਾ ਵੀ ਇਸ ਤਰ੍ਹਾਂ ਬਣਾ ਸਕਦੇ ਹੋ ਅਤੇ ਘੰਟੀ ਵੀ ਇਸ ਤਰ੍ਹਾਂ ਬਣਾ ਸਕਦੇ ਹੋ ਤੁਸੀਂ। ਹੋਰ ਵੀ ਜੋ ਕਿ ਮੰਦਰ ਦੇ ਵਿੱਚ ਹੁੰਦਾ ਹੈ ਉਹ ਵੀ ਬਣਾ ਸਕਦੇ ਹੋ ਦੋਸਤੋ। ਪ੍ਰੋਪਰ ਇਸੇ ਤਰ੍ਹਾਂ ਬਣਾਉਣਾ ਹੈ ਤਾਂ ਤੁਹਾਡੇ 24 ਨੰਬਰ ਲੱਗ ਜਾਣਗੇ। ਅਤੇ ਦੋਸਤੋ 24 ਨੰਬਰ ਇਸੇ ਤਰ੍ਹਾਂ ਹੀ ਤਾਂ ਲੱਗਣਗੇ ਜੇਕਰ ਤੁਸੀਂ ਇਸ ਤਰ੍ਹਾਂ ਦਾ ਜਾਂ ਫਿਰ ਇਸ ਤੋਂ ਸੋਹਣਾ ਡਾਇਗਰਾਮ ਜਿਹੜਾ ਮੰਦਰ ਬਣਾਓਗੇ, ਜਾਂ ਫਿਰ ਦੋਸਤੋ ਤੁਸੀਂ ਜਿਹੜਾ ਜੈ ਹਿੰਦ ਲਿਖ ਸਕਦੇ ਹੋ ਪ੍ਰੋਪਰ ਤੁਸੀਂ ਇਸ ਤਰ੍ਹਾਂ। ਅਤੇ ਦੋਸਤੋ ਇਹ ਹੋ ਜੂਗਾ ਤੁਹਾਡਾ ਜਿਵੇਂ ਕਿ ਜੈ ਹਿੰਦ 24 ਨੰਬਰਾਂ ਦਾ ਤੁਹਾਡਾ ਹੋ ਜੂਗਾ ਪ੍ਰੋਪਰ। ਦੋਸਤੋ ਇਸੇ ਤਰ੍ਹਾਂ ਬਣਾਉਣਾ ਹੈ, ਜੇ ਦੋਸਤੋ ਗਲਤ ਬਣਾਓਗੇ ਤੁਸੀਂ ਤਾਂ ਤੁਹਾਡੇ ਘੱਟ ਨੰਬਰ ਵੀ ਲੱਗ ਸਕਦੇ ਹਨ, ਫਿਰ ਬਾਅਦ ਦੇ ਵਿੱਚ ਨਾ ਕਿਉਂ ਕਿ ਦੱਸਿਆ ਨਹੀਂ ਹੈਗਾ ਸਰ ਨੇ। ਅਤੇ ਦੋਸਤੋ ਤੁਸੀਂ ਇਸ ਤਰ੍ਹਾਂ ਹੀ ਲਿਖਣਾ ਹੈ, ਬਿਲਕੁਲ ਤੁਹਾਨੂੰ ਇੱਕ ਵਾਰ ਦੁਬਾਰਾ ਫਿਰ ਤੋਂ ਇਹ ਪੇਪਰ ਜਿਹੜਾ ਦਿਖਾ ਦਿੰਦੇ ਹਾਂ। ਜਿਵੇਂ ਕਿ ਸਭ ਤੋਂ ਪਹਿਲਾਂ ਜੋ ਭਾਗ ਊੜਾ ਜਿਹਦੇ ਵਿੱਚ ਦੋਸਤੋ ਕੌਣ ਹੋਣਗੇ, ਜਿਸ ਤਰ੍ਹਾਂ ਕਿ 10 ਅੰਕਾਂ ਦਾ ਇੱਕ ਕੁਐਸਚਨ ਹੋਊਗਾ, ਕੁੱਲ 3 ਕੁਐਸਚਨ ਹੋਣਗੇ 24 ਅੰਕਾਂ ਦੇ। ਭਾਗ ਊੜਾ 24 ਅੰਕਾਂ ਦਾ ਹੋਊਗਾ ਅਤੇ ਦੂਜਾ ਕੁਐਸਚਨ ਆਜੂਗਾ ਇਸੇ ਤਰ੍ਹਾਂ, ਅਤੇ ਤੀਜਾ ਕੁਐਸਚਨ ਆਜੂਗਾ ਅੱਗੇ ਇਸ ਤਰ੍ਹਾਂ, ਜੋ ਕਿ ਦੋਸਤੋ ਬਿਲਕੁਲ ਸੌਖੇ ਕੁਐਸਚਨ ਨੇ। ਅਤੇ ਅੱਗੇ ਭਾਗ ਅੜਾ ਆਜੂਗਾ 36 ਅੰਕਾਂ ਦਾ, ਜੋ ਕਿ ਤੁਸੀਂ ਦਰਖਤ ਜਿਹੜਾ ਬਣਾਉਣਾ ਹੈ। ਦਰਖਤ ਦੋਸਤੋ ਕਿਸ ਤਰ੍ਹਾਂ ਬਣਾਉਣਾ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ, ਇਸ ਤਰ੍ਹਾਂ ਤੁਸੀਂ ਜਿਹੜਾ ਦਰਖਤ ਬਣਾਉਣਾ। ਅਤੇ ਭਾਗ ਏਡੀ ਆਜੂਗਾ ਤੁਹਾਡਾ ਜਿਹੜਾ ਕਿ ਇਹ ਲਿਖਣਾ ਹੈ ਜੈ ਹਿੰਦ ਜਾਂ ਫਿਰ ਮੰਦਰ ਬਣਾਉਣਾ ਹੈ। ਮੰਦਰ ਇਸ ਤਰ੍ਹਾਂ ਪ੍ਰੋਪਰ ਦੋਸਤੋ ਇਸੇ ਤਰ੍ਹਾਂ ਹੀ ਬਣਾਉਣਾ ਹੈ ਜਿਵੇਂ ਕਿ ਦਿੱਤਾ ਗਿਆ ਹੈ। ਅਤੇ ਦੋਸਤੋ ਇਸ ਤਰ੍ਹਾਂ ਤੁਹਾਡਾ ਪੂਰਾ ਪੇਪਰ ਹੱਲ ਹੋ ਚੁੱਕਿਆ ਹੈ। ਜੇਕਰ ਦੋਸਤੋ ਤੁਹਾਨੂੰ ਹੋਰ ਵੀ ਕੋਈ ਕੁਐਸਚਨ ਪੇਪਰ ਚਾਹੀਦਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਅਤੇ ਆਪਣਾ ਪੇਪਰ ਜਿਹੜਾ ਲੈ ਸਕਦੇ ਹੋ। ਅਤੇ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ। ਅਤੇ ਅਖੀਰ 'ਤੇ ਤੁਹਾਨੂੰ ਇਹੀ ਕਹਿਣਾ ਚਾਹਾਂਗੇ, ਜੇਕਰ ਤੁਹਾਨੂੰ ਇਹ ਜੀ ਪੇਪਰ ਹੋਰ ਚਾਹੀਦੇ ਹਨ ਤਾਂ ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ, ਜਿਹੜਾ ਸਾਡੇ ਟੈਲੀਗ੍ਰਾਮ ਦਾ ਚੈਨਲ ਹੈ, ਤੁਸੀਂ ਉਸ 'ਤੇ ਜੁਆਇਨ ਹੋਣਾ ਹੋ ਜਾਇਓ। ਤੁਹਾਨੂੰ ਇਸ ਪੇਪਰ ਦੀ PDF ਜਿਹੜੀ ਆਪਾਂ ਪ੍ਰੋਵਾਈਡ ਕਰਾਂਗੇ। ਅਤੇ ਦੋਸਤੋ ਆਪਾਂ ਕੁਝ ਦਿਨਾਂ ਤੱਕ ਆਪਾਂ ਫਾਈਨਲ ਪੇਪਰ ਵੀ ਇਸੇ ਚੈਨਲ 'ਤੇ ਅਪਲੋਡ ਕਰਾਂਗੇ, ਤਾਂ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਅਤੇ ਨਾਲ ਲੱਗੀ ਘੰਟੇ 'ਤੇ ਕਲਿੱਕ ਕਰਕੇ ਆਲ ਦੈਟ ਜ਼ਰੂਰ ਕਰ ਦੇਣਾ, ਜਿਸ ਦੇ ਰਾਹੀਂ ਦੋਸਤੋ ਹਰ ਇੱਕ ਅਪਡੇਟ ਤੁਹਾਨੂੰ ਸਮੇਂ ਸਿਰ ਪਹੁੰਚ ਜਾਵੇ।
ਅਤੇ ਦੋਸਤੋ ਇਸ ਤਰ੍ਹਾਂ ਤੁਹਾਡੇ ਪੂਰੇ ਪੇਪਰ ਹੋ ਜੂਗਾ, ਤੁਹਾਡਾ ਹੱਲ ਹੈ। ਅਤੇ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ, ਆਪਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ।